ਮੇਰੇ ਸਾਰੇ ਦੋਸਤੋ ਕੀ ਹਾਲ ਨੇ ਜੀ ਉਮੀਦ ਕਰਦਾ ਬਿਲਕੁਲ ਠੀਕ ਹੋਵੋਗੇ ਤੇ ਰਾਜੇ ਤੁਹਾਡੇ ਵਾਸਤੇ ਇੱਕ ਇੰਪੋਰਟੈਂਟ ਅਪਡੇਟ ਲੈ ਕੇ ਆ ਤੁਹਾਡੇ ਵਾਸਤੇ ਦੋਵੇਂ ਇੰਪੋਰਟੈਂਟ ਅਪਡੇਟ ਲੈ ਕੇ ਆ ਰਾਜੇ ਕਿਸੇ ਵੀ ਬੱਚੇ ਨੇ ਵੀਡੀਓ ਸਕਿਪ ਨਹੀਂ ਕਰਨੀ ਠੀਕ ਹੈ ਜੀ ਬਾਕੀ ਤੁਹਾਡੇ ਵਾਸਤੇ ਰਾਜੇ ਇੱਕ ਮੈਂ ਬਹੁਤ ਵਧੀਆ ਮੈਰਾਥਨ ਕਲਾਸ ਤਿਆਰ ਕਰੀ ਜੰਨੇ ਆ ਤਾਂ ਕਰਕੇ ਥੋੜਾ ਜਿਹਾ ਵੀਡੀਓ ਘੱਟ ਪੈ ਰਹੀ ਹੈਗੀ ਆ ਤੇ ਮੈਰਾਥਨ ਕਲਾਸ ਹੈਗੀ ਰਾਜੀ ਆਪਣਾ ਜਿਹੜਾ ਪੰਜਾਬੀ ਦਾ ਪੇਪਰ ਏ ਆਉਣਾਗਾ 50 ਨੰਬਰ ਦਾ ਉਹਦੇ ਵਾਸਤੇ ਇੱਕ ਜਿਹੜੀ ਆਪਾਂ ਨੂੰ ਪੰਜਾਬੀ ਪੇਪਰ ਦੇ ਵਿੱਚ ਆਉਣੀ ਹੈ 13 ਨੰਬਰ ਦੀ ਉਹਦੇ ਵਾਸਤੇ ਠੀਕ ਹੈ ਜੀ ਉਰੇ ਵਾਸਤੇ ਤੁਹਾਡੇ ਵਾਸਤੇ राजे ਘੱਟੋ ਘੱਟ 63 ਨੰਬਰਾਂ ਦੀ ਇੱਕ ਮੈਰਾਥਨ ਕਲਾਸ ਲੈ ਕੇ ਆ ਰਹੇ ਹਾਂ ਜੀ ਦਾ ਤੁਹਾਨੂੰ 100% ਰਿਜ਼ਲਟ ਮਿਲੂਗਾ ਜੀ ਠੀਕ ਹੈ ਤੇ ਜਲਦੀ ਕੱਲੂ ਹੋ ਸਕਦਾ ਕਿ ਤੁਹਾਡੀ ਵੀਡੀਓ ਹੁਮੇ 10 ਵਜੇ ਨੂੰ ਅਪਲੋਡ ਕਰਵਾ ਦੇਆ ਠੀਕ ਹੈ ਜੀ ਇਸ ਤੋਂ ਪਹਿਲਾਂ ਵੀ ਹੁੰਦੀ ਹੋਈ ਤਾਂ ਬਾਅਦੋਂ ਬਾਅਦ ਕੋਸ਼ਿਸ਼ ਕਰੂੰਗਾ ਕਿਉਂਕਿ ਮੈਰਾਥਨ ਕਲਾਸ ਹੈ ਤੇ ਮੈਰਾਥਨ ਕਲਾਸ ਤੇ ਥੋੜਾ ਟਾਈਮ ਲੱਗ ਜਾਂਦਾ ਹੁੰਦਾ ਠੀਕ ਹੈ ਜੀ ਤੇ ਬਾਕੀ ਦਾ ਜੇ ਥੋੜੇ ਬਾਅਦ ਜਿਹੜੇ ਮੈਂ ਦੋ ਇੰਪੋਰਟੈਂਟ ਅਪਡੇਟ ਲੈ ਕੇ ਆ ਜਰੂਰ ਸੁਣ ਕੇ ਜਾਣੀਗੇ ਠੀਕ ਹੈ ਜੀ ਤੇ ਬਹੁਤ ਸਾਰੇ ਬੱਚਿਆਂ ਦੇ ਜਵਾਬ ਇਕੱਲੇ ਇਕੱਲੇ ਦੇਣ ਔਖਾ ਹੁੰਦਾਗਾ ਸਭ ਤੋਂ ਪਹਿਲਾਂ ਪੰਜਾਬ ਪਟਵਾਰੀ ਦੇ ਕੱਪ ਅਪਡੇਟ ਸੁਣ ਲਿਓ ਅਤੇ ਪੇਪਰ ਏ ਦਾ ਜਿਹੜਾ ਪੰਜਾਬੀ ਪੇਪਰ ਏ ਹੋਣਾਗਾ ਠੀਕ ਹੈ ਜੀ ਅਲੱਗ ਤੋਂ ਹੋਵੇਗਾ ਉਹ ਕਿਸ ਤਰ੍ਹਾਂ ਦਾ ਹੋਵੇਗਾ ਕਿਸ ਤਰ੍ਹਾਂ ਹੋਵੇਗਾ ਮਤਲਬ ਉਹ ਦੱਸਾਂਗੇ ਤੇ ਕਿਸ ਤਰ੍ਹਾਂ ਬਣੇਗੀ ਪੰਜਾਬ ਪਟਵਾਰੀ ਦੀ ਮੈਟਰੀਲਿਸਟ ਪੀ ਟ੍ਰਿਪਲ ਐਸ ਵੱਲੋਂ ਜਾਰੀ ਕੀਤਾ ਗਿਆ ਨਵਾਂ ਨੋਟਸ ਸਭ ਤੋਂ ਪਹਿਲਾਂ ਤਾਂ ਰਾਜੀ ਆਪਾਂ ਚੱਲਦੇ ਹਾਂ ਨੋਟਸ ਤੇ ਸਭ ਤੋਂ ਪਹਿਲਾਂ ਰਾਜੀ ਤੁਹਾਨੂੰ ਮੈਂ ਦੱਸਣਾ ਚਾਹੁੰਦਾ ਕਿ ਜਿਹੜਾ ਪੇਪਰ ਹੋਊਗਾ ਨਾ ਆਪਣਾ ਪੰਜਾਬ ਪਟਵਾਰੀ ਦਾ ਉਹਦੇ ਵਾਸਤੇ ਤਹਾ ਨੂੰ ਨਾ ਮਤਲਬ ਜਿਹੜਾ ਪੇਪਰ ਤੁਸੀਂ ਦੇਣ ਜਾਓਗੇ ਪੰਜਾਬ ਪਟਵਾਰੀ ਦਾ ਉਹਦੇ ਵਿੱਚ ਹੀ ਰਾਜੇ ਇੱਕ ਪੇਪਰ ਏ ਹੋਣਾਗਾ ਪਾਰਟ ਏ ਠੀਕ ਹੈ ਜੀ ਪਾਰਟ ਏ ਹੋਣਾ ਉਹ ਹੋਣਾ ਤੁਹਾਡਾ 50 ਨੰਬਰਾਂ ਦਾ ਉਹਦੇ ਵਿੱਚ ਤੁਸੀਂ ਘਟੋ ਘਟ 25 ਨੰਬਰ ਲੈ ਕੇ ਜਾਣੇ ਤੇ ਉਹਦੇ ਵਿੱਚ ਨੋ 네ਗੇਟਿਵ ਮਾਰਕਿੰਗ ਹੈ ਰਾਜੇ ਨੋ 네ਗੇਟਿਵ ਮਾਰਕਿੰਗ ਹੈ ਜੀ ਠੀਕ ਹੈ ਜੀ ਇਹ ਗੱਲ ਧਿਆਨ ਨਾਲ ਸੁਣ ਲਿਓ ਤਾਂ ਕਰਕੇ ਜੇ ਤੁਹਾਨੂੰ ਮੰਨ ਲਓ 50 ਦੇ ਵਿੱਚੋਂ 35 ਪ੍ਰਸ਼ਨ ਵੀ ਆਉਂਦੇ ਆ ਤੇ ਜਿਹੜੇ ਬਾਕੀ 15 ਦੇ ਇਹਨਾਂ ਸੋਚਿਓ ਕਿ 15 ਸਾਨੂੰ ਆਉਂਦੇ ਨਹੀਂ ਉਹ ਚ ਕੋਈ 네ਗੇਟਿਵ ਮਾਰਕ ਨਹੀਂ 15 ਦੇ 15 ਦੇ ਵੀ ਟਿੱਕ ਕਰਿਆ ਜੇ 15 ਚ 4-5 ਵੀ ਸਹੀ ਹੋਗੇ ਤੁਹਾਡੇ ਨੰਬਰ ਆ ਜਾਣਗੇ ਦੂਸਰੀ ਗੱਲ ਜਿਹੜਾ ਇਹ ਪੇਪਰ ਹੋਣਾ ਰਾਜੇ ਸਿਰਫ ਇਹ ਕੁਆਲੀਫਾਈ ਨੇਚਰ ਹੈਗਾ ਠੀਕ ਹੈ ਜੀ ਕੁਆਲੀਫਾਈ ਨੇਚਰ ਹੈਗਾ ਕੁਆਲੀਫਾਈ ਨੇਚਰ ਕੀ ਹੁੰਦਾ ਰਾਜੇ ਸਿਰਫ ਇਹ ਪਾਸ ਕਰਨਾ ਜ਼ਰੂਰੀ ਹੈ ਪਰ ਇਹਦੇ ਨੰਬਰ ਨਹੀਂ ਤੁਹਾਡੇ ਐਡ ਹੋਣਗੇ ਪਾਸ ਕਰਨਾ ਜ਼ਰੂਰੀ ਹੈ ਜਿਹੜਾ ਕੈਂਡੀਡੇਟ ਪਾਰਟ A ਪੇਪਰ ਪਾਸ ਕਰੂਗਾ ਜੀ ਉਸੇ ਦਾ ਹੀ ਪਾਰਟ B ਨੰਬਰ ਤਾਂ ਚੈੱਕ ਹੋਊਗਾ ਜੇ ਉਹ ਪਾਰਟ ਇਹ ਚ ਫੇਲ ਆ ਤਾਂ ਤੁਹਾਡਾ ਪਾਰਟ ਬੀ ਨੰਬਰ ਚੈੱਕ ਨਹੀਂ ਹੋਊਗਾ ਠੀਕ ਹੈ ਜੀ ਪਹਿਲਾ ਸਵਾਲ ਤਾਂ ਤੁਹਾਡਾ ਇਹ ਸੀ ਉਹ ਪੇਪਰ ਦੇ ਵਿੱਚ ਹੀ ਮੈਂਸ਼ਨ ਕੀਤਾ ਉਹਦੇ ਤੁਹਾਡੇ ਟਾਈਮ ਦੀ ਟਾਈਮਿੰਗ ਜਿਹੜਾ ਤੁਹਾਡਾ ਪੇਪਰ ਉਹਦੀ ਟਾਈਮਿੰਗ ਇਹਨਾਂ ਨੇ ਅੱਗੇ ਕਰਤੀ ਵਧਾਤੀ ਹੁਣ ਬਹੁਤ ਸਾਰੇ ਕੈਂਡੀਡੇਟਾਂ ਨੇ ਜਿਨ੍ਹਾਂ ਨੇ ਦੋ ਤੋਂ ਵੱਧ ਪੋਸਟਾਂ ਦੇ ਵਿੱਚ ਅਪਲਾਈ ਕੀਤਾ ਦੇਖੋ ਜਿਵੇਂ ਆਪ ਸਾਰੀਆਂ ਪੋਸਟਾਂ ਦਾ ਇੱਕ ਪੇਪਰ ਹੀ ਲੈਣਾ ਇਹਨਾਂ ਨੇ ਆ ਸਾਰੀਆਂ ਪੋਸਟਾਂ ਦਾ ਠੀਕ ਹੈ ਜੀ ਤੇ ਜਿਹੜੇ ਕਹਿੰਦੇ ਸਾਰੀਆਂ ਪੋਸਟਾਂ ਦਾ ਇੱਕ ਪੇਪਰ ਲੈਣਾਗਾ ਉਹਦੇ ਵਿੱਚ ਹੁਣ ਬੱਚੇ ਬਹੁਤ ਕਨਫਿਊਜ਼ ਹੈ ਕਿਦਾ ਬਣੂਗਾ ਕੀ ਉਹਦਾ ਤਾਂ ਜ ਕੁਛ ਨਹੀਂ ਮਨ ਲਓ ਜੇ ਤੁਸੀਂ ਇੱਕ ਪੇਪਰ ਦੇ ਵਿੱਚੋਂ 50 ਪਟਵਾਰੀ ਦਾ 100 ਨੰਬਰ ਦਾ ਪੇਪਰ ਹੈ ਇਹਦੇ ਵਿੱਚ ਕੋਈ ਕੈਂਡੀਡੇਟ 70 ਨੰਬਰ ਲੈ ਜਾਂਦਾ ਜ। ਠੀਕ ਹੈ ਜੀ। ਤਾਂ ਉਹਨਾਂ ਕੋਲੇ ਸਾਰਾ ਰਿਕਾਰਡ ਹੁੰਦਾ ਉਹ ਇੰਨਾ ਪੋਸਟਾਂ ਜਿਹੜੀਆਂ ਤੁਹਾਡੀਆਂ ਆ ਪੋਸਟਾਂ ਆ ਗਈਆਂ। ਠੀਕ ਹੈ ਜੀ। ਇਹਨਾਂ ਦੇ ਵਿੱਚ ਤੁਹਾਡਾ ਡਾਟਾ ਚੈੱਕ ਕਰਨਗੇ ਦੇਖਣਗੇ ਕਿ ਇਹ ਬੱਚੇ ਨੇ ਹੋਰ ਵੀ ਕਿਸੇ ਭਰਤੀ ਦੇ ਵਿੱਚ ਅਪਲਾਈ ਕੀਤਾਗਾ। ਮੰਨ ਲਓ ਤੁਸੀਂ ਇਹਨਾਂ ਦੇ ਵਿੱਚੋਂ ਆ ਪੋਸਟ ਦੇ ਵਿੱਚ ਕਿਸੇ ਮਰਜ਼ੀ ਪੋਸਟ ਦੇ ਵਿੱਚ ਮੰਨ ਲਓ ਅਪਲਾਈ ਕੀਤਾ ਹੋਇਆ। ਜਿੰਨੇ ਨੰਬਰ ਤੁਹਾਡੇ 50 ਪਟਵਾਰੀ ਦੇ ਵਿੱਚ ਹੋਣਗੇ ਉਹਨੇ ਨੰਬਰ ਹੀ ਤੁਹਾਡੇ ਇਹ ਪੋਸਟ ਦੇ ਵਿੱਚੋਂ ਸਮਝ ਜਾਣਗੇ ਭਾਈ ਇੰਨੇ ਨੰਬਰ ਹੀ ਇੱਧ ਤਾੜੀ ਦੋਨਾਂ ਦੇ ਵਿੱਚੋਂ ਮੈਚ ਜਿਹਦੇ ਵਿੱਚ ਬਣ ਗਈ ਉਹ ਤੇ ਤੁਹਾਡੀ ਸਿਲੈਕਸ਼ਨ ਹੋ ਜਾਣੀ ਹੈ ਠੀਕ ਹੈ ਜੀ ਘਰਾਉਣ ਦੀ ਕੋਈ ਗੱਲ ਨਹੀਂ ਜਿਹੜੇ ਨੰਬਰ ਜਿਹੜੇ ਤੁਸੀਂ ਪੇਪਰ ਦੇ ਇੱਕ ਚ ਜਿਸੇ ਤੋਂ ਵੀ ਨੰਬਰ ਲਾਉਂਗੇ ਉਹੀ ਨੰਬਰ ਦੂਜੀਆਂ ਪੋਸਟਾਂ ਦੇ ਵਿੱਚ ਥੋੜੇ ਚਲੇ ਜਾਣਗੇ ਠੀਕ ਹੈ ਜੀ ਬਿਲਕੁਲ ਵੀ ਇੱਥੇ ਘਰਾਉਣ ਦੀ ਲੋੜ ਨਹੀਂ ਹੈਗੀ ਓਕੇ ਜੀ ਇਹ ਸੀ ਨੋਟਸ ਦੂਜੀ ਗੱਲ ਹਾਂ ਲਿਖਤੀ ਪ੍ਰਖ ਅੰਕ ਉਹੀ ਲੱਗਣਗੇ ਜਿਹੜੀ ਆਪਾਂ ਇੱਕ ਪ੍ਰੀਖਿਆ ਵਾਸਤੇ ਦੇ ਕੇ ਆਵਾਂਗੇ ਉਹਦੇ ਬਾਰੇ ਤੁਸੀਂ ਆ ਪੜ੍ਹ ਸਕਦੇ ਹੋ ਮੈਨੂੰ ਦੱਸਦਾ ਇੱਕ ਗੱਲ ਅਜੇ ਹੋਰ ਆਈ ਆ ਉਹ ਗੱਲ ਆਈ ਆ ਨੈਤ ਤਹਿਸੀਲਦਾਰ ਨੂੰ ਲੈ ਕੇ ਇਹ ਨਾਇਬ ਤਸਵੀਲਦਾਰ ਦਾ ਪੇਪਰ ਆ ਰਿਹਾ ਜੀ ਇਸ ਵਾਰ ਦੋ ਲੈਂਗੁਏਜ ਚ ਹੋਊਗਾ ਇੰਗਲਿਸ਼ ਅਤੇ ਪੰਜਾਬੀ ਠੀਕ ਹੈ ਜੀ ਇਹ ਵੀ ਤੁਹਾਡੇ ਵਾਸਤੇ ਕੁਝ ਕਵਰੇ ਇੰਗਲਿਸ਼ ਅਤੇ ਪੰਜਾਬੀ ਦੋਨੇ ਲੈਂਗੁਏਜ ਦੇ ਵਿੱਚ ਇਸ ਵਾਰ ਪੇਪਰ ਹੋਣਾਗਾ ਆਪਣਾ ਕਾਦਾ ਨਾਇਬ ਤਸਵੀਲਦਾਰ ਦਾ ਠੀਕ ਹੈ ਜੀ ਇਹ ਗੱਲਾਂ ਆਈਆਂ ਬਾਕੀ ਰਾਜੇ ਤੁਹਾਡੇ ਵਾਸਤੇ ਮੈਰਾਥਨ ਕਲਾਸ ਲੈ ਕੇ ਆ ਰਹੇ ਹਾਂ ਬਾਕੀ ਜੇ ਕੋਈ ਕੈਂਡੀਡੇਟ ਫਾਇਰਮੈਨ ਦੀ ਰਾਜੇ ਡਰਾਈਵਰ ਆਪਰੇਟਰ ਦੀ ਪੰਜਾਬ ਪੁਲਿਸ ਦੀ ਪੀਟਰ ਪਲਸ ਕਲਰਕ ਵੀਡੀਓ ਠੀਕ ਹੈ ਜੀ ਕਸਟਡੀ ਵੀ ਤਿਆਰੀ ਕਰਨਾ ਚਾਹੁੰਦਾ ਰਾਜੇ ਉਹ ਕਿਸੇ ਵੀ ਆਪਣੇ ਇੱਕ ਵੈਚ ਤੋਂ ਕਰ ਸਕਦਾ ਕੋਈ ਵੀ ਇੱਕ ਵੈਚ ਤੁਸੀਂ ਲੈ ਸਕਦੇ ਹੋ ਉਹਦੇ ਤੋਂ ਤਿਆਰੀ ਕਰ ਸਕਦੇ ਹੋ ਠੀਕ ਹੈ ਜੀ ਤੇ ਆਹ ਪੇਪਰ ਠੀਕ ਹੈ ਜੀ ਆਪਣੇ ਸਾਰੇ ਹੋਣੇ ਤੇ ਹਰੇਕ ਪੇਪਰ ਦੇ ਵਿੱਚ ਤੁਹਾਨੂੰ 90 ਦੇ ਤੋਂ 92% ਗਾਰੰਟੀ ਵਾਲਾ ਕੰਟੈਂਟ ਦਿੱਤਾ ਜਾਂਦਾ ਹੈਗਾ ਤੇ ਸਾਰੀਆਂ ਕਲਾਸਾਂ ਰਾਜੇ ਤੁਹਾਡੀਆਂ ਜ਼ੀਰੋ ਲੈਵਲ ਤੋਂ ਹੋਣਗੀਆਂ ਠੀਕ ਹੈ ਜੀ ਧੰਨਵਾਦ ਤੇ ਕੱਲ ਤੋਂ ਆਪਣੀ ਉਹਦੇ ਬਾਅਦ ਤੁਸੀਂ ਰਾਜੇ ਐਪ ਡਾਊਨਲੋਡ ਕਰਨੀ ਹੈ ਐਪ ਕਿਹੜੀ ਡਾਊਨਲੋਡ ਕਰਨੀ ਹੈ ਦੀਪ ਪੁੱਲਰ ਐਜੂਕੇਸ਼ਨ ਅਰਾ ਤੇ ਸਾਰੀਆਂ ਕਲਾਸਾਂ ਪੰਜਾਬੀ ਤੇ ਇੰਗਲਿਸ਼ ਦੋਨੇ ਮੀਡੀਅਮ ਦੇ ਵਿੱਚ ਹੋਣਗੀਆਂ ਜਿੰਨਾ ਬੱਚਾ ਕੋਲੇ ਆਈਫੋਨ ਉਹਨੇ ਐਪ ਡਾਊਨਲੋਡ ਕਰੀਏ ਕਲਾਸ ਪਲੱਸ ਤੇ ORG ਕੋਡ ਫਿਲ ਕਰਨਾ ਡਬਲ ਐਕਸ ਰੈਮ ਤੇ ਜੇਕਰ ਕਿਸੇ ਕੈਂਡੀਡੇਟ ਨੂੰ ਕੋਈ ਪ੍ਰੋਬਲਮ ਹੋਣੀ ਹੈ ਆਹ ਨੰਬਰ ਤੇ ਮੈਨੂੰ ਤੁਸੀਂ ਕਾਲ ਵੀ ਕਰ ਸਕਦੇ ਹੋ ਠੀਕ ਹੈ ਜੀ ਤੇ ਕੱਲ ਨੂੰ ਤੁਸੀਂ ਤਿਆਰ ਹੋ ਜਾਓ ਭਾਈ ਮੈਰਾਥਨ ਕਲਾਸ ਲਾਉਣ ਵਾਸਤੇ ਤੇ ਬਹੁਤ ਵਧੀਆ ਕੈਂਡ ਕਲਾਸ ਬਣਾਈ ਹੈ ਤੁਹਾਡੇ ਵਾਸਤੇ ਠੀਕ ਹੈ ਜੀ ਧੰਨਵਾਦ